ਫਾਜ਼ਿਲਕਾ ਸਮਾਚਾਰ ਦੇਖੇ ਦਰਸ਼ਕਾਂ ਦਾ ਸਵਾਗਤ ਹੈ। ਥਾਣਾ ਸਦਰ ਪਾਰਟੀ ਦੀ ਪੁਲਿਸ ਨੂੰ ਵੱਡੀ ਕਾਮਯਾਬੀ, 100 ਗ੍ਰਾਮ ਹੈਰੋਇਨ ਸਣੇ ਇੱਕ ਵਿਅਕਤੀ ਕਾਬੂ। ਹੁਣ ਖਬਰ ਵਿਸਤਾਰ ਨਾਲ। ਥਾਣਾ ਸਦਰ ਪੱਟੀ ਨੂੰ ਮਿਲੀ ਵੱਡੀ ਕਾਮਯਾਬੀ, 100 ਗ੍ਰਾਮ ਅਫੀਮ ਸਣੇ ਇੱਕ ਵਿਅਕਤੀ ਕਾਬੂ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਿਊਟੀ ਇੰਚਾਰਜ ਅਤੇ ASI ਨਿਰਮਲ ਸਿੰਘ ਨੇ ਦੱਸਿਆ ਕਿ ASI ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਸ਼ਹੀਦਾਂ ਨੂੰ ਗਸ਼ਤ ਕਰ ਰਹੇ ਸਨ ਤਾਂ ਸਾਹਮਣੇ ਪੈਦਲ ਤੁਰਿਆ ਆਉਂਦਾ ਇੱਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ, ਜਿਸ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਉਸਦੀ ਪੁੱਛਤਾਛ ਕੀਤੀ ਤਾਂ ਉਸ 'ਤੇ ਆਪਣਾ ਨਾਮ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਜੱਟ ਵਾਸੀ ਤਲਵੰਡੀ ਸੋਭਾ ਸਿੰਘ ਦੱਸਿਆ, ਜਿਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 100 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਫਾਜ਼ਿਲਕਾ ਸਮਾਚਾਰ ਲਈ ਪੱਟੀ ਤੋਂ ਰਿੰਪਲ ਗੋਲਨ ਦੀ ਰਿਪੋਰਟ। ਹਾਂਜੀ ਸਰ, ਜਿਹੜਾ ਅੱਜ ਇੱਕ ਬੰਦਾ ਫੜਿਆ, ਕੀ ਇਹਨਾਂ ਇਹਦੇ ਕੋਲ ਕੀ ਬਰਾਮਦ ਹੋਇਆ ਅਤੇ ਕੀ ਮੁਕੱਦਮਾ ਦਰਜ ਇੱਥੇ ਹੋਇਆ ਜੀ? ਇਹ ਜੀ ਕੱਲ੍ਹ ਮਿਤੀ 19/6/19 ਨੂੰ ਏਸੀ ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਜਿਹੜੀ ਉਹ ਗਸ਼ਤ ਦੇ ਸੰਬੰਧ ਵਿੱਚ ਜਾ ਰਹੇ ਸੀ ਪਿੰਡ ਸ਼ਹੀਦ ਨੂੰ ਥਾਣੇ ਤੋਂ, ਅਤੇ ਇੱਕ ਇਹ ਸਿੱਖ ਸੀ ਉਹ ਨੌਜਵਾਨ ਜਿਹੜਾ ਆਦਮੀ ਜਿਹੜਾ ਵਾ ਉਹ ਪੈਦਲ ਤੁਰਿਆ ਹੁੰਦਾ ਸੀ ਅਤੇ ਇਹਨੂੰ ਸ਼ੱਕ ਦੇ ਬਿਨਾਂ 'ਤੇ ਕਾਬੂ ਕੀਤਾ ਅਤੇ ਇਹਦੀ ਤਲਾਸ਼ੀ ਕਰਨ 'ਤੇ ਇਹਦੇ ਕੋਲੋਂ 100 ਗ੍ਰਾਮ ਫੀਮ ਬਰਾਮਦ ਕੀਤੀ ਹੈ। ਕੀ ਨਾਂ ਹੈ ਬੰਦਾ ਜੀ, ਕਿੱਥੋਂ ਦਾ ਹੈ? ਇਹਦਾ ਨਾਂ ਹੈਗਾ ਜੀ ਸਤਨਾਮ ਸਿੰਘ, ਸਨ ਆਫ ਗੁਰਦੀਪ ਸਿੰਘ, ਪਿੰਡ ਤਲਵੰਡੀ ਸੋਭਾ ਸਿੰਘ। ਇਹਦੇ ਖਿਲਾਫ਼ ਮੁਕੱਦਮਾ ਨੰਬਰ ਦਰਜ ਕੀਤਾ ਜੀ 101, ਮਿਤੀ 19/6/19, ਜੁਰਮ 18/85 ਤਹਿਤ ਇਹਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ।